ਹੈਲੋ ਗਾਇਜ਼, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਵੈਲਕਮ ਬੈਕ ਪੰਕਜ ਗੇਮਿੰਗ ਆਰ ਐਕਸ ਚੈਨਲ 'ਤੇ। ਬਾਈ, ਅੱਜ ਬਣਾਵਾਂਗੇ ਆਪਾਂ ਪੰਜਾਬੀ 'ਚ ਵੀਡੀਓ। ਅਤੇ ਸੋਰੀ ਯਾਰ ਜਿਨ੍ਹਾਂ ਨੂੰ ਬਾਈ ਹਿੰਦੀ ਆਉਂਦੀ ਹੈ, ਤਾਂ ਸੋਰੀ ਉਸ ਵਾਲੇ ਵਾਸਤੇ। ਅਤੇ ਆਪਾਂ ਕੱਲ੍ਹ ਨੂੰ ਬਣਾ ਲਵਾਂਗੇ ਹਿੰਦੀ 'ਚ ਵੀਡੀਓ। ਅਤੇ ਅੱਜ ਆਪਾਂ ਬਾਈ, ਤੁਹਾਨੂੰ ਪਤਾ ਹੀ ਯਾਰ, ਪਿਛਲੀ ਵੀਡੀਓ 'ਚ ਯਾਰ ਮੇਰੇ ਕੰਬਾਈਨ ਜਿਹੜੀ ਖਰਾਬ ਹੋ ਗਈ, ਇੰਜਣ ਹੋ ਗਿਆ ਸੀਲ, ਅਤੇ ਸੈੱਟ ਸੁੱਟ ਕਰਵਾ ਕੇ ਬਾਈ ਦੂਜੇ ਦਿਨ ਉਹਨੇ ਘਰ ਖੜਾ ਲਈ ਹੈ। ਅਤੇ ਆਪਣੀ ਕੰਬਾਈਨ ਵੀ ਉਹਨੇ ਉਹਦੇ ਘਰ ਹੀ ਲੱਗੀ ਹੈ। ਅਤੇ ਆਪਾਂ ਯਾਰ ਦੋ ਆਪਣੇ ਕੋਲ ਆ ਗਏ ਬਾਈ ਖੱਤੇ ਯਾਰ ਵੱਢਣ ਵਾਲੇ। ਤੁਹਾਨੂੰ ਪਤਾ ਹੀ ਯਾਰ, ਪ੍ਰੀਤ ਕੰਬਾਈਨ ਸੀ ਜਿਹੜੀ ਆਪਣੇ ਪਿੰਡ 'ਚ ਆਈ ਸੀ, ਉਹ ਖਰਾਬ ਹੋ ਗਈ ਹੈ ਅਤੇ ਐਕਸਲ ਟੁੱਟ ਗਿਆ ਸੀ। ਜੇ ਵੀਡੀਓ ਨਹੀਂ ਦੇਖੀ ਤਾਂ ਪਿੱਛੇ ਵੀਡੀਓ ਹੈਗੀ ਹੈ, ਤਾਂ ਜਾ ਕੇ ਦੇਖ ਲਿਓ, ਪੂਰੀ ਕਹਾਣੀ ਪਤਾ ਲੱਗ ਜੂਗੀ ਤੁਹਾਨੂੰ। ਅਤੇ ਆਪਾਂ ਅੱਜ ਬਾਈ, ਅਤੇ ਪਹਿਲਾਂ ਦੱਸਦਾ ਬਾਈ, ਆਪਣਾ ਦੂਜਾ ਚੈਨਲ ਬਣ ਚੁੱਕਿਆ, ਜਾ ਕੇ ਸਬਸਕ੍ਰਾਈਬ ਕਰ ਲਓ, ਲਿੰਕ ਥੱਲੇ ਮਿਲ ਜੂਗਾ ਡਿਸਕ੍ਰਿਪਸ਼ਨ 'ਚ। ਅਤੇ ਉੱਥੇ ਡੇਲੀ ਪੰਜਾਬੀ 'ਚ ਵੀਡੀਓ ਪਾਵਾਂਗੇ ਆਪਾਂ। ਅਤੇ ਦੋ ਵੀਡੀਓ ਮੈਂ ਪਾਤੀਆਂ ਪਹਿਲਾਂ ਹੀ ਬਾਈ, ਦੇਖ ਲਿਓ ਜਾ ਕੇ। ਅਤੇ ਲਿੰਕ ਲੁੰਕ ਉੱਥੇ ਵੀ ਦਿੱਤੇ ਸਾਰੇ ਡਾਊਨਲੋਡ, ਅਤੇ ਫਾਰਮ ਸਿਮੂਲੇਟਰ ਦੀ ਉੱਥੇ ਵੀਡੀਓ ਪਾਈਆਂ ਆਪਾਂ, ਬਲੌਗ ਮਿਕਸ ਚੈਨਲ ਹੈ। ਅਤੇ ਚੱਲਦੇ ਬਾਈ ਆਪਣੇ ਯਾਰ ਦੇ ਘਰ। ਅਤੇ ਆਪਣਾ ਸਾਰਾ ਕੰਮ ਹੋ ਗਿਆ ਬਾਈ ਘਰ ਦਾ, ਅਤੇ 11-12 ਵੱਜ ਗਏ ਬਾਈ ਰੋਟੀ ਰੋਟੀ ਬਣਾਉਂਦੇ। ਅਤੇ ਚੱਲਦੇ ਮਿੰਟੋ ਮਿੰਟ ਆਪਣੀ ਫਸਲ ਵੀ ਜਿਹੜੀ ਨਿਕਲ ਚੁੱਕੀ ਹੈ, ਥੋੜ੍ਹੀ ਥੋੜ੍ਹੀ ਵੇਖ ਸਕਦੇ, ਝਾੜ ਐਤਕੀ ਵੱਧ ਹੀ ਨਿਕਲੂਗਾ। ਅਤੇ ਬਾਈ ਆਹ ਇੱਕ ਆਹ ਖੇਤ ਹੈ, ਅਤੇ ਇਹਨੇ ਕਿਹਾ ਬਾਈ ਖੱਤਾ ਟਰਾਲੀ ਟਰੂਲੀ ਹੁੰਦੀ ਹੈ, ਆਹ ਖੱਤੇ 'ਚ ਹੀ ਲਾ ਦਿਓ। ਅਤੇ ਇੱਕ ਆਹ ਬੰਦੇ ਦਾ ਖੇਤ, ਇਕੱਠੇ ਹੀ ਦੋਨੇ ਉਹਦੇ ਬੰਦੇ ਦੇ। ਅਤੇ ਕਹਿੰਦਾ ਖੱਤੇ 'ਚ ਹੀ ਲਾ ਦਿਓ ਜਿੱਥੇ ਦਿਲ ਕਰਦਾ। ਦੋ ਖਿੱਤੇ ਆ ਬਾਈ, ਹੁਣ ਆਹ ਪੰਗਾ ਬਾਈ, ਆਹ ਪਤਾ ਨਹੀਂ ਕਿਹਦਾ ਖੱਤਾ ਹੈ, ਕੀ ਲਾਇਆ, ਆਹ ਵਰਾਇਟੀ ਅਲੱਗ ਹੈ ਬਾਈ, ਆਹ ਕਣਕ ਦੀ ਵਰਾਇਟੀ ਅਲੱਗ ਆ, ਆਹ ਅਲੱਗ ਹੈ, ਆਹ ਸਮਝ ਨਹੀਂ ਮੈਨੂੰ ਕਹਾਣੀ। ਤਾਂ ਆਹ ਖੱਤਾ ਉਹਦਾ, ਉਹਨੂੰ ਇਕੱਠੀਆਂ ਵਰਾਇਟੀਆਂ ਲਾ, ਆਹ ਪਤਾ ਨਹੀਂ ਕਿਹਦਾ ਖੱਤਾ ਹੈ ਤਾਂ ਬਾਈ, ਪਤਾ ਨਹੀਂ ਅਜੇ ਤੱਕ ਮੈਨੂੰ ਆਰਡਰ ਨਹੀਂ ਆਇਆ ਇਹਦਾ। ਅਤੇ ਇੱਥੋਂ ਮਸ਼ੀਨ ਲੈ ਕੇ ਜਾਣੀ ਔਖੀ ਕੰਮ ਹੈ ਯਾਰ, ਕਿੱਥੋਂ ਵਾੜਾਵਾਂਗੇ, ਤਾਂ ਮਸ਼ੀਨ ਤਾਂ ਪਹਿਲਾਂ ਇੱਥੇ ਹੈ। ਅਤੇ ਵੇਖਦੇ ਪਹਿਲਾਂ ਬਾਈ ਉਹਦੀ ਮਸ਼ੀਨ ਨੂੰ ਕੀ ਸੈੱਟ ਵੈੱਟ ਕਰਾ ਕੇ ਲਿਆਇਆ। ਤਾਂ ਆਹ ਬਾਈ ਖੜੀ ਕੀਤੀ, ਮੈਨੂੰ ਲੱਗਦਾ ਆਹੀ ਹੈ, ਆਹੀ ਹੈ ਬਾਈ, ਰੰਗ ਰੁੰਗ ਲੈ ਬਈ, ਰੰਗ ਰੁੰਗ ਬਦਲਾ ਤਾ ਪੂਰਾ, ਐਨ ਬਾਈ ਏਜੰਸੀ ਵਰਗੀ ਲੱਗਣ ਦੀ ਪੂਰੀ ਕੰਪੈਨ। ਅਤੇ ਇਹਦਾ ਇੰਜਣ ਆਹ ਹੈ ਬਾਈ, ਇੱਥੇ ਆਹ ਤੇਲ ਤੂਲ ਥਰੈਸਰ, ਇਹਦਾ ਤਾਂ ਤੇਲ ਦੀ ਟੰਕੀ ਵੀ ਥੱਲੇ ਹੈ ਬਾਈ। ਅਤੇ ਬਹੁਤ ਵਧੀਆ ਹੋ ਗਈ ਯਾਰ, ਵੇਖ ਸਕਦੇ ਤੁਸੀਂ, ਆਹ ਖੜੀ ਕੀਤੀ ਹੁਣ ਬਾਈ ਨੇ। ਅਤੇ ਉੱਧਰ ਲਾਊਗਾ ਪਰ ਆਪਣੀ ਮਸ਼ੀਨ ਖੜ੍ਹੀ ਹੈ, ਆਪਣੀ ਬਾਈ ਖੜ੍ਹੀ ਹੈ। ਅਤੇ ਵੇਖ ਲੈਂਦੇ ਥੋੜ੍ਹਾ ਬਾਈ, ਇੰਜਣ ਉਂਜਣ ਦੇਖ ਲਓ ਸੈੱਟ ਹੈ, ਫੁੱਲ ਹੈ ਬਾਈ, ਤੇਲ ਤੂਲ ਟੈਂਕੀ ਫੁੱਲ ਕਰਾ ਕੇ ਲਿਆਇਆ ਉਹ। ਤਾਂ ਆਪਾਂ ਕਰਨੇ ਹੈ ਬਾਈ ਆਪਣੀ ਮਸ਼ੀਨ ਕੱਢਣੀ ਹੈ, ਅਤੇ ਇਹਨੂੰ ਕਰ ਲਈਏ ਗਾਂਹ ਮਾੜਾ ਜਿਹਾ, ਆ ਇੱਧਰ ਹੀ ਨਾ ਵੜ ਦੀ ਇਹਨੂੰ, ਉਹ ਯਾਰ ਇੱਧਰ ਹੀ ਲਾ ਲੈਂਦੇ ਇਹਨੂੰ ਛਾਵੇਂ ਨਾਲ, ਧੁੱਪ 'ਚ ਉੱਦਾਂ ਬਾਈ ਰੰਗ ਕਰਾ ਕੇ ਲੈਂਦਾ ਬੰਦੇ ਨੇ, ਉੱਡ ਨਾ ਜਾਏ ਉੱਤੇ ਜਿਵੇਂ ਵੀ ਸਾਨੂੰ ਨਾ ਪੈ ਜਾਏ। ਅਤੇ ਬਾਈ ਕੰਪੈਨ ਇੱਕਦਮ ਹੋ ਗਈ ਇੱਕ ਨੰਬਰ ਆਹ ਵਾਲੀ। ਅਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਬਾਈ ਪ੍ਰੀਤ ਕੰਪੈਨ ਲਓ ਯਾਰ, ਪ੍ਰੀਤ ਕੰਪੈਨ ਜੋਗੀ ਪੈਸੇ ਨਹੀਂ ਬਾਈ, ਅਤੇ ਮਾਰਨੇ ਸਲਫ ਵਾਹਿਗੁਰੂ ਨਾਂ ਲੱਗ ਜਾ। ਚਲੋ ਬਾਈ ਇੱਕ ਸਲਫ 'ਤੇ ਸਟਾਰਟ ਹੋ ਜਾਂਦੀ ਆਪਣੀ ਕੰਪੈਨ, ਜ਼ਰੂਰੀ ਵੇਚਣੀ ਯਾਰ ਪ੍ਰੀਤ ਕੰਪੈਨ, ਯਾਰ ਬੈਂਗੀ ਬਹੁਤ ਆਉਂਦੀ ਬਾਈ। ਅਤੇ ਆਹ ਬੇੜਾ ਹੀ ਗਰਕ ਹੋਇਆ ਵੇ ਕੰਪੈਨ ਦਾ, ਤਾਂ ਬਾਈ ਬੁਰਾ ਹਾਲ ਆ ਮਿੱਟੀ ਨਾਲ ਦੇ। ਅਤੇ ਐਤਕੀ ਬਾਈ ਸੀਜ਼ਨ ਲੱਗ ਗਿਆ ਆਪਣਾ ਚੰਗਾ, ਅਤੇ ਵੇਖ ਸਕਦੇ ਤੁਸੀਂ ਬਾਈ 1000 ਕੁਛ, 1,41,000 ਡੋਲਰ ਹੋ ਗਿਆ ਆਪਣੇ ਕੋਲ। ਇਹਨੂੰ ਵੇਚ ਕੇ ਇਹ ਆਹ ਨਹੀਂ ਵੇਚਣੀ ਬਾਈ ਕੰਪੈਨ, ਭਾਵੇਂ ਦੂਜੀ ਲੈਣ ਪੈ ਜਾਵੇ ਪ੍ਰੀਤ, ਆਹ ਕੰਪੈਨ ਨਹੀਂ ਵੇਚਣੀ, ਬਹੁਤੀ ਤੰਗ ਕਰੇਗੀ ਫਿਰ ਵੇਚਾਂਗੇ ਬਾਈ। ਅਤੇ ਚਲੋ ਬਾਈ ਆਪਣਾ ਆਹ ਖੱਤਾ ਜਿਹੜਾ ਵੱਢਣਾ ਬਾਈ ਦਾ, ਆਪਣਾ ਕਟਰ ਬਾਈ ਕਿਹਨੇ ਲਾਤਾ ਆਹਦਾ ਖੱਤੇ 'ਚ ਸੀ, ਆਹ ਬਾਈ ਗੇੜਾ ਕਿਹੜਾ ਲਾ ਕੇ ਗਿਆ ਥਾ ਇੱਕ, ਆਹ ਬਾਈ ਮੇਰੇ ਖਿਆਲ ਨਾਲ ਬੰਦਾ ਆਇਆ ਸੀ ਖੱਤਾ ਆਇਆ ਵਾਹ ਗਿਆ, ਥੋੜ੍ਹਾ ਹੀ ਗੇੜਾ ਲਾਇਆ, ਰੂਟਾਵੀਟਰ ਫੇਰਿਆ ਲੱਗਦਾ ਮੈਨੂੰ, ਤਾਂ ਰੂਟਾਵੀਟਰ ਦਾ ਸਾਈਜ਼ ਵੀ ਬਾਈ 5 ਫੁੱਟ ਹੀ ਹੈ, ਉਹੀ ਟਰੈਕਟਰ ਮਗਰ ਪਾਇਆ ਹੋਣਾ ਛੋਟੇ ਜਿਹੜਾ ਵੇਖਿਆ ਹੋਣਾ, ਅਤੇ ਪਤਾ ਨਹੀਂ ਕੀ ਹੋ ਗਿਆ, ਖਰਾਬ ਖਰੂਬ ਹੋ ਗਿਆ ਨਾ ਟਰੈਕਟਰ।
ਤਾਂ ਬਾਈ ਆਹ ਉਹਦਾ ਖੱਤੇ, ਦੋ ਖੱਤੇ ਆ ਬਾਈ, ਅੱਜ ਉਹ ਖਤਮ ਕਰੀਏ ਅਤੇ ਫਿਰ ਚਲੀਏ ਆਪਣੇ ਘਰ ਨੂੰ, ਮਸ਼ੀਨ ਨੂੰ ਖੜਾ ਕਰੀਏ, ਧੋ ਧੋ ਕੇ ਲਾਈਏ ਯਾਰ, ਆਪਣਾ ਕਿਆਰੀ ਵੀ ਲਾਉਣ ਵਾਲੀ ਹੈ, ਪੈਪ ਨੂੰ ਕਰ ਦਈਏ ਬਾਹਰ। ਅਤੇ ਬਾਈ ਇਹਦੀ ਸਾਊਂਡ ਬਹੁਤ ਜ਼ਿਆਦੀ ਹੈ, ਘੱਟ ਕਰ ਲਈਏ, 20 ਤਾਂ ਠੀਕ ਹੈ। ਅਤੇ ਫੁੱਲ ਸਪੀਡ ਨਾਲ ਵੱਢਾਂਗੇ ਬਾਈ, ਫੁੱਲ ਸਪੀਡ ਨਾਲ, ਕਿਉਂਕਿ ਟਾਈਮ ਬਹੁਤ ਘੱਟ ਹੈ ਆਪਣੇ ਕੋਲੋਂ, ਅਤੇ ਮਾਲਕ ਤਾਂ ਹੈ ਨਹੀਂ ਬਾਈ, ਅੱਗੇ ਦਾਣੇ ਛੱਡ ਤੀ ਕੋਈ ਚੱਕਰ ਨਹੀਂ, ਆਪਾਂ ਆਪਣਾ ਮਿੰਟੋ ਮਿੰਟ ਕੰਮ ਨਿਬੇੜੀਏ। ਆਹ ਬਾਈ ਰੋਕੋ ਤੇਰੀ ਨੂੰ ਬਾਈ, ਹੁਣ ਹੀ ਚੱਕਤਾ ਫੱਟੇ ਦੇ ਬੰਦੇ ਨੇ, ਚਾਰ ਦਵਾਰੀ ਕੀਤੀ ਸੀ ਜਿਹੜੀ ਬਾਈ। ਆਹ ਬੜਾ ਪੰਗਾ ਯਾਰ, ਮਸ਼ੀਨ ਦੇ ਪਿੱਛੇ ਵੇਖਿਆ ਨਹੀਂ ਜਾਂਦਾ ਯਾਰ, ਕਿੱਥੇ ਜਾਣ ਦੀ ਕਿੱਥੇ ਨਹੀਂ ਜਾਣ ਦੀ ਬਾਈ। ਸਟਰਾਹ ਡਿੱਗਣ ਦੀ ਆਪਣੀ ਕਿ ਨਹੀਂ ਦੇਖ ਲਈ ਯਾਰ, ਅੱਗੇ ਤੂੜੀ ਵੀ ਬਣਾਉਣੀ ਪੈ ਸਕਦੀ ਸੀ, ਸਟਰਾਹ ਡਿੱਗਦੀ ਪਈ ਹੈ। ਠੀਕ ਹੈ ਠੀਕ ਹੈ, ਇਹਦਾ ਖੱਤਾ ਜਿਹਾ ਮਾੜਾ ਜਿਹਾ ਟੇਢਾ ਆ, ਪਤਾ ਨਹੀਂ ਕੀ ਚੱਕਰ ਹੈ। ਇੱਥੋਂ ਮੋੜ ਲਈ ਯਾਰ, ਅੱਗੇ ਤਾਂ ਹੈ ਨਹੀਂ ਕੁਛ ਵੀ। ਆਹ ਦੂਜਾ ਖੇਤ ਆ ਗਿਆ ਆਪਣਾ, ਬਾਈ ਅਜੇ ਤਾਂ 7% ਹੋਈ ਟੈਂਕੀ 'ਚ ਦਮਾਲ, ਇੱਕ ਮਿੰਟ ਦੇਖ ਲਈਏ ਕਿੰਨਾ ਕਰ, ਅਰੇ ਦਾਣੇ ਥੋੜ੍ਹੇ ਆਏ ਬਾਈ। ਅਤੇ ਠੀਕ ਆ ਬਾਈ, ਮੇਰੇ ਖਿਆਲ ਨਾਲ ਇੱਕ ਟਰੋਲੀ ਨਿਕਲ ਜਾਏਗੀ, ਜੇ ਤਾਂ ਟਰੋਲੀ, ਮੈਂ ਇੱਦਾਂ ਕਰਨਾ ਬਾਈ ਪੁੱਛ ਲੈਂਦਾ ਯਾਰ ਵੇਲੀ ਨੂੰ ਆਪਣੇ ਨੂੰ, ਉਹਦੇ ਕੋਲ ਬਾਈ ਕੋਲ ਟਰਾਲੀ ਨਹੀਂ ਹੈ ਯਾਰ, ਅਤੇ ਮੌਕੇ 'ਤੇ ਟਰਾਲੀ ਆਪਣੀ ਹੈ ਵੀ ਨਹੀਂ ਬਾਈ, ਅਤੇ ਮੈਂ ਆਪਣੇ ਯਾਰ ਕੋਲ ਲੈ ਕੇ ਦੇ ਦੂੰਗਾ ਇਹਨੂੰ। ਮਾਲ ਹੋ ਜਾਣਾ ਬਾਈ ਜ਼ਿਆਦਾ, ਫਿਰ ਥੱਲੋਂ ਚੱਕਿਆ ਨਹੀਂ ਜਾਣਾ। ਕਿਉਂਕਿ ਬਾਈ ਦੋ ਖੱਤੇ ਯਾਰ, ਜਦੋਂ ਮਾਲ ਜਦੋਂ ਇੱਕ ਢੇਰੀ ਹੋ ਜੂਗੀ ਤਾਂ ਬਾਈ ਪੰਗਾ ਬਹੁਤ ਪੈਣਾ ਫਿਰ ਮਗਰੋਂ ਟਰੋਲੀ 'ਚ ਪਾਉਣ ਨੂੰ, ਤੁਹਾਨੂੰ ਪਤਾ ਹੀ ਹੈ ਫਿਰ ਲੇਬਰ 'ਤੇ ਬੰਦੇ ਲਿਆਉਣ ਪੈਣੇ। ਫਿਰ ਕਰਨਾ ਮੈਂ ਗੱਲ ਯਾਰ ਬੇਲੀ ਨਾਲ, ਅਤੇ ਟਰਾਲੀ ਤਾਂ ਕਹਿੰਦੇ ਸੀ ਵੇਚਣੇ ਨੂੰ, ਅਤੇ ਜੇ ਤਾਂ ਮੈਨੂੰ ਕਹਿੰਦਾ ਯਾਰ ਬਾਈ ਕੰਪੈਨ ਵੀ ਆਪਣੀ, ਟਰਾਲੀ ਵੀ ਆਪਣੀ, ਦੋਨੋਂ ਹੀ ਕਰ ਦੇਣੀ ਸੀ ਸਿਸਟਮ ਆਪਣਾ ਹੀ, ਬਸ ਕਿਰਾਇਆ ਦੇ ਦੇਣਾ ਸੀ ਚਾਹੀਦਾ ਸੀ ਬੰਦੇ ਨੂੰ। ਬਸ ਬੰਦਾ ਕਹਿੰਦਾ ਯਾਰ ਟਰਾਲੀ ਨਹੀਂ ਮਿਲੀ ਟਾਈਮ ਦੀ, ਕੀ ਕਰੀਏ, ਕਣਕ ਦਾ ਸੀਜ਼ਨ ਹੈ ਅਤੇ ਟਰਾਲੀ ਕਿਸੇ ਦੀ ਵਿਹਲੀ ਹੈ ਨਹੀਂ, ਅਤੇ ਯਾਰ ਬੇਲੀ ਦੀ ਆਪਣੀ ਟਰਾਲੀ ਹੈਗੀ ਵਿਹਲੀ, ਉਹੀ ਉੱਥੇ ਕਰ ਦੇਵਾਂਗੇ ਖਾਲੀ, ਕੋਈ ਚੱਕਰ ਨਹੀਂ। ਬੰਦੇ ਨੂੰ ਯਾਰ ਕਹਿੰਦਾ ਫਿਰ ਚੱਕਰਾਂ 'ਚ ਪਾਉਣਾ ਬਾਈ ਖੱਤੇ 'ਚ ਲਾ ਕੇ, ਮਗਰ ਉਹ ਕਿੱਦਾਂ ਢੋਂਦਾ ਰਹੇਗਾ ਬਾਈ, ਦਿਹਾੜੀ ਲੱਗ ਜਾਣੀ ਬਾਈ ਫਿਰ ਇੰਨਾ ਮਾਲ ਢੋਂਦੇ ਉੱਥੇ, ਮਗਰ ਉਹ ਜੇ ਮੀਂਹ ਪੈ ਗਿਆ ਰਾਤ ਨੂੰ ਫਿਰ ਹੋਰ ਕੰਮ ਖਰਾਬ ਹੋ ਜੂਗਾ ਦਾਣਿਆਂ ਦਾ। ਆਹੀ ਤਾਂ ਕਮਾਈ ਹੈ ਬਾਈ, ਕਿਸਾਨ ਮਰ ਜਾਂਦਾ ਬਾਈ 6 ਮਹੀਨੇ ਫਸਲ ਲਾ ਲਾ ਕੇ, ਮਗਰ ਉਹ ਮੀਂਹ ਪੈ ਜਾਵੇ ਤਾਂ ਕੰਮ ਖਰਾਬ ਹੋ ਜਾਂਦਾ, ਤੁਹਾਨੂੰ ਪਤਾ ਹੀ ਫਿਰ ਜੱਪਾਂ ਵੇਸਟ ਨਹੀਂ ਜਾਣ ਦੇਣਾ, ਭਾਵੇਂ ਕੰਪੈਨ ਦੇ ਟੈਂਕੀ 'ਚ ਦਾਣੇ ਕਿਉਂ ਨਾ ਛੱਡਣ ਪਵੇ, ਬਾਈ ਦੇ ਖੱਤੇ 'ਚ ਨਹੀਂ ਲਾਵਾਂਗੇ। ਮੌਸਮ ਜਿਹਾ ਬਾਈ ਮੈਨੂੰ ਨਹੀਂ ਲੱਗਦਾ ਮੌਸਮ ਦਾ, ਹੁਣ ਧੁੱਪ ਨਿਕਲੇਗੀ ਅਗਲੇ ਦਿਨ, ਭਾਵੇਂ ਥੱਲੇ ਨਹੀਂ ਲਾਉਣੇ ਬਾਈ, ਭਾਵੇਂ ਕੰਪੈਨ ਦੀ ਟੈਂਕੀ 'ਚ ਰਹਿਣ ਪਵੇ ਦਾਣੇ।
ਤੇ ਬਾਈ ਤੁਹਾਨੂੰ ਪਤਾ ਹੀ ਯਾਰ ਕੰਪਲੇਨ ਉਦੋਂ ਧੋਂਦੇ ਜਦੋਂ ਸੀਜ਼ਨ ਸੂਜ਼ਨ ਖਤਮ ਹੋ ਜਾਵੇ, ਕਿਉਂਕਿ ਜਦੋਂ ਅੰਦਰ ਪਾਣੀ ਚੱਲ ਜਾਣਾ ਬਾਈ ਆਪਣਾ ਕੀ ਬੋਲਦੇ ਹੁਣ ਥਰੈਸਰ ਥਰੂਸਰ 'ਚ ਚੱਲ ਜਾਂਦਾ ਜਦੋਂ ਪਾਣੀ, ਫਿਰ ਕੰਮ ਖਰਾਬ ਹੁੰਦਾ, ਫਸਲ ਨਹੀਂ ਵੱਢ ਪਾਉਂਦਾ ਬੰਦਾ ਜਦੋਂ ਤੱਕ ਸੁੱਕੀ ਨਾ ਜਾਵੇ। ਇਸ ਕਰਕੇ ਬਾਈ ਇਹਨੂੰ ਤਾਂ ਆਪਾਂ ਕਰ ਰਹੇ ਗੱਡੀ 'ਤੇ ਧੋ ਲਈ ਦੀ, ਜਦੋਂ ਬਾਈ ਦਿਲ ਕਰਦਾ ਮੁੜ ਕੇ ਸਰਫ ਮਾਰ ਕੇ ਨਿਕਲ ਜਾਈਦਾ ਘਰ। ਆਹ ਚੀਜ਼ਾਂ ਦਾ ਬਾਈ ਹੋਰ ਹਿਸਾਬ, ਟਰੈਕਟਰ ਵੀ ਧੋ ਲਈਦਾ, ਇਹਨਾਂ ਨੇ ਦਾਣੇ ਕੱਢਣੇ ਹੁੰਦੇ ਬਾਈ ਅੰਦਰ ਜਾਣੇ ਹੁੰਦੇ ਦਾਣੇ, ਅਤੇ ਫਿਰ ਗਿੱਲਾ ਗੁੱਲਾ ਹੋ ਜਾਂਦਾ ਕੰਮ। ਬਾਈ ਕਿੰਨੀ ਟੈਂਕੀ ਹੋ ਗਈ ਝਾੜ ਐਤਕੀ ਬਾਈ ਦਾ ਘੱਟ ਹੀ ਹੈ। ਪਰਾਲੀ ਤਾਂ ਸਹੀ ਬਾਈ, ਪਰਾਲੀ ਤਾਂ ਹੈ, ਪਰਾਲੀ ਦਾ ਵੀ ਮੁੱਲ ਬਹੁਤ ਹੈ। ਅੱਗੇ ਬਾਈ ਪਤਾ ਨਹੀਂ ਪਰਾਲੀ ਬਣਵਾਊਗਾ ਕਿ ਤੂੜੀ ਬਣਵਾਊਗਾ ਮੇਰੇ ਕੋਲ, ਇੱਦਾਂ ਕਰਨੇ ਇੱਥੋਂ ਖਤਮ ਕਰ ਹੀ ਲੈਂਦੇ ਹਾਂ, ਫਿਰ ਉੱਥੇ ਘੁਲਨੇ ਜਾ ਕੇ ਉੱਧਰ ਦੂਰ ਬੰਨੇ ਕਹਿੰਦੂ ਯਾਰ ਤੇਲ ਫੂਕਣਾ ਇੱਧਰ ਨੂੰ ਆਉਣਾ ਮੁੜ ਕੇ। ਬਾਈ ਮੈਨੂੰ ਹੁਣ ਐਤਕੀ ਸਰਵਿਸ ਕਰਾਉਣ ਹੀ ਪਊਗੀ ਇਹਦੀ, ਉਹ ਬਾਈ ਰਹਿ ਗਿਆ ਮਾੜਾ ਜਿਹਾ ਯਾਰ, ਅਤੇ ਆਪਾਂ ਸਰਵਿਸ ਨਹੀਂ ਕਰਵਾਈ ਇਹਦੀ ਬਾਈ, ਮਾੜਾ ਜਿਹਾ ਅੰਦਰੋਂ ਥੋੜ੍ਹਾ ਬਹੁਤ ਹੀ ਕਰਵਾਇਆ ਸੀ ਕੰਮ, ਅਤੇ ਏਜੰਸੀ ਕੋਲ ਜਾਵਾਂਗੇ, ਪ੍ਰੀਤ ਏਜੰਸੀ ਕੋਲ ਵੀ ਜਾਵਾਂਗੇ, ਪੁੱਛਾਵਾਂਗੇ ਪ੍ਰਾਈਜ਼ ਪਰੂਜ਼ ਕੀ ਹੈ ਬਾਈ ਕੰਪੈਨ ਦਾ, ਅਤੇ ਕੰਪੈਨ ਆਪਣੀ ਵੀ ਲੈ ਜਾਵਾਂਗੇ ਉੱਥੇ, ਨਾਲ ਹੀ ਹਿੰਦ ਦਾ ਹੀ ਬਾਈ ਏਜੰਸੀ ਹੈ। ਅਤੇ ਤੁਹਾਨੂੰ ਪਤਾ ਹੀ ਬਾਈ ਮੈਂ ਗਿਆ ਸੀ ਤਾਂ ਪ੍ਰੀਤ ਹੀ ਲੈਣ, ਪਰ ਯਾਰ ਪੈਸਿਆਂ ਦੀ ਕਮੀ ਪੈ ਗਈ ਬਾਈ, ਇਸ ਕਰਕੇ ਹਿੰਦ 99 ਹੀ ਲੈਣ ਪਈ ਮੈਨੂੰ। ਹਿੰਦ ਵੀ ਮਾੜੀ ਨਹੀਂ ਯਾਰ ਕੰਪੈਨ, ਵਧੀਆ ਕੁਆਲਿਟੀ ਦਾ ਲੋਹਾ ਲੱਗਿਆ ਯਾਰ ਇਹਨੂੰ, ਸਪੀਕਰ ਨਹੀਂ ਲਾਇਆ ਬਾਈ ਆਪਾਂ, ਸਪੀਕਰ ਦੀ ਘਾਟ ਰਹਿ ਗਈ। ਹੁਣ ਬਾਈ ਸੈਰ ਜਾਵਾਂਗੇ, ਫਿਰ ਹੀ ਸਪੀਕਰ ਲਿਆਵਾਂਗੇ ਖਰੀਦ ਕੇ, ਅਤੇ ਪ੍ਰੀਤ ਵਾਲੀ ਜਿਹੜੀ ਕੰਪੈਨ ਬਾਈ ਸਪੀਕਰ ਪਹਿਲਾਂ ਦਾ ਵਿੱਚ ਹੀ ਹੁੰਦਾ, ਉਹਦੇ ਸਿਸਟਮ ਇੱਥੇ ਲੱਗਿਆ ਹੁੰਦਾ ਡੈਕ ਡੁੱਕ, ਅਤੇ ਅੱਜ ਦੇ ਵਿੱਚ ਨਹੀਂ ਲੱਗਿਆ ਬਾਈ, ਏਜੰਸੀ ਕੰਪਨੀ ਵਾਲਿਆਂ ਨੇ ਲਾਇਆ ਨਹੀਂ, ਪਤਾ ਨਹੀਂ ਕਿਉਂ ਨਹੀਂ ਲਾਇਆ। ਚਲੋ ਬਾਈ ਆਹ ਖੱਤਾ ਤਾਂ ਬਾਈ ਦਾ ਵਿਹਲਾ ਕਰਤਾ ਆਪਾਂ, ਅਤੇ ਖੱਤਾ ਵੀ ਵਧੀਆ ਸੀ ਬਾਈ ਮੇਰੇ ਖਿਆਲ ਨਾਲ, ਹੈ ਚਾਰ ਕੁ ਕਨਾਲ ਜਗ੍ਹਾ ਹੈਗੀ ਹੈ। ਅਤੇ ਬਾਈ ਦੂਜਾ ਹੁਣ ਕੰਮ ਔਖਾ ਪੈਣਾ ਬਾਈ, ਇੱਕ ਮਿੰਟ ਇੱਥੇ ਰੋਕ ਲਈਏ ਮਸ਼ੀਨ ਨੂੰ, ਲਿਫਟ ਰੱਖ ਲਈਏ ਮਾੜੀ ਥੱਲੇ, ਅਤੇ ਵੇਖ ਕੇ ਆਉਣ ਪੈਣਾ ਯਾਰ ਕਿੱਧਰੋਂ ਗੱਡੀ ਗੁੱਡੀ ਤਾਂ ਨਹੀਂ ਆ ਜਾਂਦੀ। ਆਹ ਹੁਣ ਕਿਹੜੇ ਟਾਈਮ 'ਤੇ ਚੱਲਿਆ ਬਾਈ ਔਫਿਸ, ਤਾਂ ਇੱਥੋਂ ਲੈ ਜਾਈਏ ਕੰਪੈਨ ਨਾ, ਆਹ ਬੂਟਾ ਹੈ ਬਾਈ ਇੱਥੇ ਤਾਂ ਪੈਪ ਵੜ ਜਾਊਗੀ, ਪੈਪ ਬੰਦ ਕਰਨਾ ਪਊਗੀ। ਅਤੇ ਬਾਈ ਇੱਧਰੋਂ ਚੱਲ ਜਾਏ ਤਾਂ ਕੰਮ ਸੁੱਖ ਹੈ ਆਪਣਾ, ਇੱਧਰੋਂ ਆਹ ਬਾਈ ਬੀਜਿਆ ਤਾਂ ਨਹੀਂ, ਬੀਜੇ ਨਹੀਂ ਬਾਈ ਉੱਦਾਂ ਹੀ ਹੈ, ਹੱਲਾਂ ਫੇਰੀਆਂ। ਆਹ ਇੱਧਰੋਂ ਨਿਕਲ ਜਾਣੀ ਬਾਈ ਕੰਪੈਨ, ਅਤੇ ਇੱਥੋਂ ਇੱਥੇ ਵਾੜ ਲਵਾਂਗੇ, ਇੱਥੇ ਠੀਕ ਹੈ। ਇੱਕ ਮਿੰਟ ਦੇਖ ਲਈ ਯਾਰ ਜੇ ਤਾਂ ਉੱਧਰੋਂ ਹੈਗਾ ਰਾਹ ਤਾਂ ਫਿਰ ਕਹਿਨੂੰ ਉੱਥੇ ਪੰਗੇ ਕਰਨੇ, ਨਹੀਂ ਬਾਈ ਆਹ ਇੱਧਰ ਬੂਟੇ ਬਾਟੇ ਆ ਗਏ ਅਤੇ ਰਾਹ ਇਹੀ ਹੈ ਇੱਕ, ਇੱਧਰੋਂ ਵੀ ਹੈ, ਇੱਧਰ ਤੂੜੀ ਨੇ ਤੂੜੀ ਸਟਾ ਤੀ ਬਾਈ ਨੇ, ਤੂੜੀ ਖਰਾਬ ਹੋ ਜੂਗੀ। ਚਲੋ ਕੋਈ ਨਹੀਂ ਕਰਨੇ ਲਾਉਂਦੇ ਕੋਈ ਨਾ ਕੋਈ ਸਕੀਮ, ਇੱਧਰੋਂ ਲੈ ਚੱਲਣੇ ਯਾਰ ਕੋਈ ਚੱਕਰ ਨਹੀਂ, ਬੰਦਾ ਵੀ ਨਹੀਂ ਯਾਰ ਕੋਈ ਡਰਾਈਵਰ ਡਰੂਵਰ ਹੋਵੇ ਬਾਈ ਮਾੜਾ ਮੋਟਾ ਦੱਸ ਦੇ ਦਿੰਦਾ ਯਾਰ ਕਿ ਕੰਪੈਨ ਇੱਥੇ ਵੱਜਣ ਵਾਲੀ ਇੱਥੇ, ਅਤੇ ਹੁਣ ਆਪ ਹੀ ਦੇਖਣਾ ਪੈਂਦਾ ਬਾਈ ਸ਼ੀਸ਼ੇ ਵੀ ਨਹੀਂ ਲੱਗੇ ਇਹਨੂੰ, ਤੇ ਸ਼ੀਸ਼ੇ ਉਹ ਯਾਰ ਇੱਕ ਤਾਂ ਉਹ ਭਰਾਵਾ ਹਟ ਜਾਓ, ਲੈ ਗੱਡੀ ਆ ਗਈ ਬਾਈ, ਰੋਡ ਚੱਲਦਾ ਬਹੁਤ ਯਾਰ ਬਾਈ
ਦਿਨ ਅਤੇ ਰਾਤ ਨੂੰ ਇੱਕ ਹੀ, ਅਤੇ ਬਾਈ ਸ਼ੀਸ਼ੇ ਇਸੇ ਕਰਕੇ ਲਵਾ ਤੇ ਯਾਰ, ਬਾਈ ਇੱਕ ਸ਼ੀਸ਼ਾ ਪਹਿਲਾਂ ਟੁੱਟ ਗਿਆ ਸੀ ਯਾਰ, ਰਾਹ 'ਚ ਹੀ ਟੁੱਟ ਗਿਆ ਸੀ ਜਦੋਂ ਲੈ ਕੇ ਆਉਂਦੇ ਮਸ਼ੀਨ, ਅਤੇ ਬੂਟੇ ਬਾਟੇ ਵਾਲੇ ਇੱਥੇ, ਅਤੇ ਬਾਈ ਪੈਪ ਨੂੰ ਹੁਣ ਛੇਤੀ ਛੇਤੀ ਸਾਨੂੰ ਅਨਫੋਲਡ ਕਰਕੇ ਮੁੜ ਕੇ ਖੋਲ੍ਹਣਾ ਪਊਗਾ, ਅਤੇ ਦਾਣੇ ਦੂਣੇ ਹਜੇ ਘੱਟ ਹੀ ਹੈ ਟੈਂਕੀ 'ਚ, ਮਿੰਟੋ ਮਿੰਟ ਖੋਲ੍ਹ ਲਈਏ, ਦਾਣੇ 'ਚ ਘੱਟ ਹੀ ਹੈ ਬਾਈ। ਉਹ ਬਾਈ ਕਿੱਧਰ ਨੂੰ ਜਾਈ ਜਾਂਦੀ ਆ ਬਾਈ, ਕੂੜਾ ਮੇਰੇ ਯਾਰ ਨੇ ਪਤਾ ਨਹੀਂ ਕਿੱਥੋਂ ਸਿੱਟਿਆ ਤੱਕ, ਯਾਰ ਇੱਕ ਤਾਂ ਗੰਦ ਪਾਇਆ ਇਹਨੂੰ। ਅਤੇ ਪੰਜਾਬੀ 'ਚ ਬਾਈ ਮਜ਼ਾ ਆਉਂਦਾ ਕਿ ਨਹੀਂ ਗੇਮ ਪਲੇ ਦਾ ਬਾਈ? ਇੱਥੇ ਮੈਨੂੰ ਲੱਗਦਾ ਮਸ਼ੀਨ ਉਹ ਚੜ੍ਹਾਉਣਾ ਪਊਗਾ ਕੂੜੇ 'ਤੇ, ਇੱਥੇ ਬੂਟਾ ਹੈ ਨਾ ਇਸੇ ਕਰਕੇ ਗੇਅਰ ਲਾ ਲਈ ਆਪਾਂ ਪਹਿਲਾਂ, ਪਹਿਲਾਂ ਲਓ। ਉਹ ਬਾਈ ਕਿੱਧਰ ਨੂੰ ਜਾਈ ਜਾਂਦੀ ਉਹ ਤੇਰੀ? ਚੱਲ 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 ਚੱਲ, ਉੱਤਰ ਗਈ ਉੱਤਰ ਗਈ ਬਾਈ, ਮੁੜ ਲੈ, ਮਾੜੀ ਸਪੀਡ ਦੇ ਦੀ ਇਹਨੂੰ ਨਿਕਲ ਕੇ ਬਾਈ। ਬਸ ਇਹ ਹੈ ਕਿ ਉਹ ਟਕਰਾ ਨਾ ਜਾਏ ਬਾਈ, ਬਸ ਬੂਟੇ ਬਾਟੇ 'ਚ ਨਹੀਂ, ਤਾਂ ਬਾਈ ਉਹ ਆਪਣਾ ਕੀ ਬੋਲਦੇ ਪੈਪ ਜੀ ਰੁਗਰ ਕੀ ਹੈ, ਕੰਮ ਖਰਾਬ ਹੋ ਜੂਗਾ। ਤਾਂ ਇੱਥੋਂ ਖੱਤੇ 'ਚੋਂ ਲੈ ਲੈਂਦੇ ਹਾਂ, ਖੱਤਾ ਕਿਹੜਾ ਬਾਈ, ਇੱਕ ਬੀਜਿਆ ਕਿਸੇ ਨੇ ਥੱਲੇ ਬਾਈ ਛਾਨਣਾ ਏ, ਪੱਖਾ ਪੁੱਖਾ ਲੱਗਿਆ ਬਾਈ, ਕਣਕ ਭੱਜ ਗਈ ਉਹ ਤੇਰੀ ਕਿਸੇ ਦੀ, ਬਚ ਗਈ ਬਚ ਗਈ। ਅਤੇ ਪੱਖਾ ਪੂਰਾ ਹੀ ਗੰਦਾ ਹੋਇਆ ਪਿਆ ਬਾਈ, ਇੱਥੇ ਮਿੱਟੀ ਜ਼ਿਆਦੀ ਪੈਂਦੀ। ਅਤੇ ਬਾਈ ਆਹ ਛੋਟਾ ਜਿਹਾ ਖੇਤ ਹੈ ਯਾਰ ਮੇਰੇ ਖਿਆਲ ਨਾਲ, ਕਨਾਲ ਦੋ ਜਗ੍ਹਾ ਹੈ ਬੰਦੇ ਦੀ, ਅਤੇ ਇਹਦੇ ਵੀ ਕੋਲੋਂ ਪੈਸੇ ਯਾਰ ਲੈ ਲਵਾਂਗੇ ਆਪਾਂ, ਪੰਜ ਕੁ ਕਨਾਲ ਜਗ੍ਹਾ ਦੇ ਲੈ ਲਵਾਂਗੇ ਪੈਸੇ, ਕੋਈ ਨਹੀਂ ਕਰ ਦੀ ਬਾਈ, ਰੀਟ ਥੱਲੇ ਰੱਖੀ ਅਤੇ ਆਹ ਵੀ ਵੇਖਦਾ ਵੇਖਣਾ ਪੈਣਾ ਬਾਈ, ਹਾਂ ਲੱਗ ਜੇ ਕਿਤੇ ਬੂਟੇ ਨਾਲ ਅਤੇ ਬੈਗ ਬਾਈ ਉੱਦਾਂ ਨਾ ਨੁਕਸਾਨ ਹੋ ਜਾਵੇ ਆਪਣਾ। ਅਤੇ ਹੁਣ ਤਾਂ ਕੋਈ ਡਰ ਨਹੀਂ, ਚੱਲ ਗਈ ਖੱਤੇ 'ਚ ਕੰਬਾਈਨ ਬਾਈ, ਇੱਥੋਂ ਪੰਗਾ ਯਾਰ ਹੁਣ ਮਗਰੋਂ ਜੇ ਬੰਦਾ ਨਾ ਹੋਵੇ ਫਿਰ ਕਿੱਦਾਂ ਪਿੱਛੇ ਪਿੱਛੇ ਨੂੰ, ਇੱਦਾਂ ਬਾਈ ਕੁਛ ਨਹੀਂ ਲੱਭਦਾ ਹੁਣ ਕੰਬਾਈਨ ਬਾਈ ਕਿਹੜੇ ਬੰਨੇ ਵੜ ਗਈ, ਮਸ਼ੀਨ ਦਾ ਪਤਾ ਨਹੀਂ ਲੱਗਦਾ ਬਾਈ ਇੱਦਾਂ। ਜਾਂ ਤਾਂ ਕੈਮਰਾ ਲਵਾਈਏ ਆਪਾਂ ਇਹ ਕੰਮ ਕਰੀਏ, ਅਤੇ ਕੈਮਰੇ 'ਤੇ ਖਰਚਾ ਬਹੁਤ ਜਾਊਗਾ, ਪਰ ਇੱਕ ਹੀ ਸੀਜ਼ਨ ਕੱਢੂਗਾ ਕੈਮਰਾ ਵੀ, ਮਿੱਟੀ ਮੁੱਟੀ 'ਚ ਉੱਦਾਂ ਹੀ ਕੈਮਰੇ 'ਤੇ ਬਾਈ ਘੱਟਾ ਪਿਆ ਜਾਊ ਕਰੂਗਾ, ਮਗਰ ਉੱਦਾਂ ਹੀ ਲੱਭਣਾ ਆਹ ਘੱਟਾ, ਦੇਖੋ ਕਿੰਨਾ ਉੱਡਦਾ ਪਿਆ ਬਾਈ। ਕਹਿੰਦੇ ਬਾਈ ਹੌਲੀ ਹੌਲੀ ਵੱਡਾ ਕਰੋ ਯਾਰ, ਹੌਲੀ ਹੌਲੀ ਬਾਈ ਟਾਈਮ ਬਹੁਤ ਲੱਗੂਗਾ, ਫਿਰ ਆਪਣੀ ਵੀਡੀਓ ਲੰਬੀ ਹੋ ਜੂਗੀ ਉਸ ਕਰਕੇ ਫਿਰ ਅਪਲੋਡ ਵੀ ਕਰਨਾ। ਉਹ ਬਾਈ ਇੱਧਰੋਂ ਯਾਰ ਐਵੇਂ ਮੱਥਾ ਮਾਰਦੇ ਉੱਧਰੋਂ ਆ ਰਾਹ ਪਿਆ ਸਿੱਧਾ, ਆ ਮੇਰੇ ਘਰੋਂ ਵੱਲੋਂ ਹੀ ਜਾਂਦਾ, ਮੈਂ ਆਇਆ ਹੀ ਨਹੀਂ ਕਦੀ ਯਾਰ ਇੱਧਰ ਨੂੰ, ਅਤੇ ਐਵੇਂ ਮੱਥੇ ਮਾਰਦੇ ਫਿਰੇ ਉੱਥੇ। ਪਰ ਇਹ ਬਾਈ ਚੱਲ ਵਧੀਆ ਹੋ ਗਿਆ, ਨਹੀਂ ਤਾਂ ਘੁੰਮ ਫਿਰ ਕੇ ਆਉਣਾ ਪੈਣਾ ਸਾਨੂੰ, ਉੱਧਰੋਂ ਆਉਣਾ ਪੈਣਾ ਪੈਣਾ ਹੈ, ਆਉਣਾ ਪੈਣਾ ਸੀ ਬਾਈ। ਅਤੇ ਬੂਟੀ ਬਹੁਤ ਹੈ ਇਹਦੇ ਖੱਤੇ 'ਚ ਬਾਈ, ਬੂਟੀ ਵੱਧ ਹੈ ਇਹਦੇ ਖੱਤੇ 'ਚ, ਲੱਗਦਾ ਨੇ ਸਪਰੇ ਸਪਰੂ ਨਹੀਂ ਕੀਤੀ ਬਾਈ। ਅਤੇ ਆਹ ਵਰਾਇਟੀ ਲੱਗ ਗਿਆ ਬਾਈ, ਉਹ ਵੀ ਖੱਤੇ 'ਚ ਬੂਟੀ ਵਾਲੀ ਹੈ, ਬੰਦੇ ਨੇ ਪਤਾ ਨਹੀਂ ਬਾਈ ਕਿਹੜੀ ਲਾਈ ਹੈ ਫਸਲ, ਤਾਂ ਬਹੁਤ ਵਧੀਆ ਬਾਸਮਤੀ ਬਾਈ ਸੋਰੀ ਕੋਈ ਹੋਰ ਹੀ ਵਰਾਇਟੀ ਲਾਈ ਹੈ, ਬਹੁਤ ਵਧੀਆ ਫਸਲ ਹੈ ਯਾਰ ਬਾਈ। ਇਹਦੇ ਪਿਛਲੇ ਚੱਕੇ ਕੰਪੈਨ ਦੇ ਬਦਲਾਉਣ ਪਊਗੇ ਸਾਨੂੰ, ਭੋਡੇ ਹੋ ਗਏ ਯਾਰ, ਭੋਡੇ ਘੱਸ ਗਏ ਬਹੁਤ ਜ਼ਿਆਦਾ, ਜਦ ਚੱਕੇ ਛੋਟੇ ਮੇਰੇ ਖਿਆਲ ਨਾਲ ਬਾਈ ਉੱਦਾਂ ਹੀ ਲੱਗਣ ਦੇ। ਇੱਥੇ ਪੰਗਾ ਪੈਣਾ ਬਾਈ, ਜਗ੍ਹਾ ਥਾਂ ਜਿਹੜੀ ਘੱਟ ਹੀ ਇੱਥੇ, ਉਹ ਬੈਕ ਕਰ ਲਈ ਮਾੜਾ ਜਿਹਾ, ਇੱਦਾਂ ਕਰਨੇ ਮੋੜਨੇ ਨੂੰ ਬਾਈ ਜਗ੍ਹਾ ਹੀ ਬਹੁਤ ਘੱਟ ਹੈ, ਇੱਦਾਂ ਕਰਨੇ ਘੁਮਾ ਲੈਂਦੇ ਇਹਨੂੰ,
ਕਟਾਈ ਬਹੁਤ ਜ਼ਿਆਦਾ ਮਸ਼ੀਨ ਦੀ ਆ ਮੁੜ ਗਈ। ਆ ਬਾਈ ਦੇਖ ਲਓ ਇੰਨੇ ਇੰਨੀ ਥਾਂ 'ਤੇ ਮੁੜ ਜਾਂਦੀ ਕੰਬਾਈਨ ਦੀ ਕਟਾਈ ਵੱਧ ਹੈ। ਆ ਰਹਿੰਦਾ ਮੜਾ ਹੈ ਅਤੇ ਇੱਕ ਗੇੜਾ ਹੋਰ ਲੱਗੂਗਾ ਬਾਈ, ਆਹਦਾ ਨਿਬੜ ਗਿਆ ਕੰਮ ਜਲਦੀ ਆਪਣਾ ਬੰਦੇ ਦਾ। ਅਤੇ ਬਾਈ ਆਪਣਾ ਹੁਣ ਵੇਖ ਲਈਏ ਯਾਰ, ਜੇ ਤਾਂ ਇੱਕ ਕੋਈ ਹੋਰ ਵਧਾ ਦੇ ਵਧੀਆ ਕੰਮ ਹੈ ਆਪਣਾ ਬਾਈ, ਚਾਰ ਪੈਸੇ ਬਣਨਗੇ। ਅਤੇ ਟਰੈਕਟਰ ਲਿਆਈਏ ਨਵਾਂ ਯਾਰ, ਪੁਰਾਣਾ ਯਾਰ ਰੱਖਿਆ ਆਪਾਂ। ਅਤੇ ਵੇਖਦੇ ਯਾਰ ਕਮੈਂਟ 'ਚ ਦੱਸਿਓ ਬਾਈ ਕਿਹੜਾ ਲਿਆਈ ਵੀ ਟਰੈਕਟਰ, ਪੈਸੇ ਤਾਂ ਹੋ ਗਏ ਟਰੈਕਟਰ ਜੋ ਕਿ ਐਤਕੀ ਸੀਜ਼ਨ ਲੱਗ ਗਿਆ, ਹੋਰ ਲੱਗ ਜਾਏ ਤਾਂ ਬਾਈ ਕੰਪੈਨ ਵੀ ਲਿਆਵਾਂਗੇ ਆਪਾਂ। ਅਤੇ ਫਿਰ ਇੱਕ ਕੰਬਾਈਨ ਰੱਖਾਂਗੇ ਸੀਜ਼ਨ, ਜੇ ਆਪਣਾ ਕੰਮ ਚੱਲ ਪਿਆ ਤਾਂ ਬਾਈ ਫਿਰ ਤਾਂ ਕੰਬਾਈਨਾਂ ਬਾਹਰ ਭੇਜਾਂਗੇ ਇੱਕ। ਅਤੇ ਮੈਨੂੰ ਕਮੈਂਟ 'ਚ ਦੱਸਿਓ ਬਾਈ ਕਿਹੜਾ ਟਰੈਕਟਰ ਲਈਏ ਅਤੇ ਸਸਤਾ ਵੀ ਹੋਵੇ ਬਾਈ, ਇੱਦਾਂ ਨਹੀਂ ਤੁਸੀਂ ਕਹਿ ਦਿਓ ਵੱਡਾ ਟਰੈਕਟਰ ਲਓ ਯਾਰ, ਫਿਰ ਮਹਿੰਗਾ ਵੀ ਆਉਣਾ ਬਾਈ। ਅਤੇ ਮੈਨੂੰ ਟਰੈਕਟਰ ਉਹ ਚਾਹੀਦਾ ਬਾਈ ਜਿੱਦਾਂ ਤੇਲ ਦਾ ਬਜਟ ਹੋਵੇ, ਤੁਸੀਂ ਹੁਣ ਤੁਸੀਂ ਮੈਂ ਕਿਹੜਾ 911 ਬਾਈ, ਉਹ ਤਾਂ 855 ਨਾਲੋਂ ਵੀ ਵੱਧ ਖਾਊਗਾ ਤੇਲ, ਜਿਹੜਾ ਬਾਈ ਤੇਲ ਵੀ ਘੱਟ ਪੀਓ ਅਤੇ ਕੰਮ ਵੀ ਵੱਧ ਕਰੂਗਾ ਬਾਈ, ਉਹ ਟਰੈਕਟਰ ਹੋਵੇ ਕੋਈ ਨਜ਼ਰ 'ਚ ਦੱਸਿਓ ਮੈਨੂੰ ਅਤੇ ਆਪਾਂ ਉਹੀ ਸਲਾਹ ਦਿਓ ਮੈਨੂੰ ਬਸ ਹੋਰ ਨੂੰ ਕੁਛ। ਚਲੋ ਬਾਈ ਕਰ ਲਈਏ ਬੰਦ ਪੱਖੇ ਪੁੱਖੇ, ਇੱਕ ਮਿੰਟ ਪਿੱਛੇ ਮੈਨੂੰ ਲੱਗ ਜਾਂਦੇ ਆ ਕੁਛ ਕੰਮ ਖਰਾਬ ਹੋਇਆ ਪਿਆ ਅੰਦਰ। ਨਹੀਂ ਨਹੀਂ ਸਹੀ ਹੈ, ਮੈਂ ਕਿਹਾ ਮਸ਼ੀਨ ਬਾਹਲੀ ਹੀ ਲੈਂਦੀ ਅੱਜ, ਬੈਲਟਾਂ ਬੁਲਟਾਂ ਤਾਂ ਟੁੱਟ ਗਈਆਂ ਬਾਈ, ਬੈਲਟਾਂ ਵੀ ਟੁੱਟ ਜਾਂਦੀ ਸੀ। ਅਤੇ ਬਾਈ ਹੁਣ ਇਹਦਾ ਕੀ ਕਰੀਏ ਯਾਰ, ਬਾਈ ਉੱਥੇ ਟਰੋਲੀ ਇੱਦਾਂ ਕਰਨਾ ਯਾਰ, ਉਹਦੀ ਟਰੋਲੀ 'ਚ ਸਿੱਟਣਾ ਮਾਲ, ਐਵੇਂ ਯਾਰ ਕਿੱਥੇ ਚੱਕਦਾ ਫਿਰੇਗਾ ਯਾਰ ਬੰਦਾ ਕਿ ਨਹੀਂ ਯਾਰ, ਆਪਣਾ ਵੀ ਮੇਰਾ ਯਾਰ ਦਾ ਵੀ ਗੇੜਾ ਲੱਗ ਜੂਗਾ ਮੰਡੀ ਦਾ, ਹੋਰ ਕੀ ਹੈ, ਆਪਣਾ ਟਰੈਕਟਰ ਤਾਂ ਹੈ ਘਰ ਹੀ ਖੜ੍ਹਾ ਹੈ ਯਾਰ, ਅੱਗੇ ਤਾਂ ਮਸ਼ੀਨ ਲੱਗੀ ਹੈ। ਚਾਰ ਪੈਸੇ ਯਾਰ ਦੇ ਵੀ ਬਣਨਗੇ, ਹੋਰ ਕੀ ਹੈ ਬਾਈ, ਹੁਣ ਇੰਜਣ ਸੀਲ ਕਰਵਾ ਕੇ ਬਹਿ ਗਿਆ ਸੀ, ਉੱਥੋਂ ਖਾਲੀ ਹੋ ਗਈ ਜੇਬ ਉਹਦੀ। ਕਮ ਸੇ ਕਮ ਬਾਈ 500 ਰੁਪਈਆ ਤਾਂ ਦੇਊਗਾ ਮੰਡੀ ਦਾ, ਲਾਗੇ ਹੀ ਮੰਡੀ ਤਾਂ ਤੁਹਾਨੂੰ ਪਤਾ ਹੀ ਹੈ ਯਾਰ, ਅੱਧੇ ਘੰਟੇ ਯਾਰ ਮੈਨੂੰ ਤਾਂ ਬਾਈ ਉੱਦਾਂ ਹੀ ਟਾਈਮ ਲੱਗਣ ਦੇ ਆ, ਹੁਣ ਡੇਲੀ ਨਾ ਕੋਈ ਕਿਸੇ ਦਾ ਖੱਤਾ ਵੱਢਣਾ ਹੀ ਪਊਗਾ। ਟਰੈਕਟਰ ਦੀ ਵੀ ਮੈਨੂੰ ਲੱਗਦਾ ਸਰਵਿਸ ਹੋਣ ਵਾਲੀ ਹੈ ਬਾਈ, ਆਹ ਤਾਂ ਤੁਰਤਾ ਹੀ ਨਹੀਂ, ਆਹ ਤੁਰਿਆ ਬਾਈ। ਅਤੇ ਯਾਰ ਟਰਾਲੀ ਥੋੜ੍ਹੀ ਜਿਹੀ ਧਿਆਨ ਨਾਲ ਚਲਾਉਣਾ ਪਊਗੀ ਬਾਈ, ਜੇ ਤਾਂ ਫੁੱਲ ਹੋ ਗਈ ਤਾਂ ਫਿਰ ਤਾਂ ਸਿੰਗਲ ਟਾਇਰ ਦੀ ਟਰਾਲੀ ਹੈ ਉਹ ਜਲਦੀ ਪਲ ਜਾਂਦੀ ਤੁਹਾਨੂੰ ਪਤਾ ਹੀ ਹੈ, ਆਹ ਖੱਤੇ 'ਚ ਨਹੀਂ ਤੁਰਦਾ ਪਿਆ ਮੈਨੂੰ ਲੱਗਦਾ, ਧੱਕਾ ਮਾਰ ਕੇ ਕੱਢਣਾ ਪਊਗਾ ਬਾਈ ਟੋਚਣ ਪਾ ਕੇ, ਆਹ ਖਾਲੀ ਨਹੀਂ ਤੁਰਦੇ ਯਾਰ, ਆਈਸਰ ਨੂੰ ਇਹੀ ਬਿਮਾਰੀ ਹੈ ਬਾਈ, ਆਹ ਤੁਰਦਾ ਨਹੀਂ, ਲੈ ਕਿੱਥੇ ਲੈ ਕੇ ਜਾ ਬਾਈ, ਖੱਤਾ ਪਾਇਆ ਉੱਥੇ ਕਰਕੇ ਇਸੇ ਕਰਕੇ ਨਹੀਂ ਤੁਰਦਾ, ਦੇਖੋ ਟਰਾਲੀ ਦੇ ਟਾਇਰ ਹੀ ਡੁੱਬ ਗਏ ਅੱਧੇ 'ਤੇ। ਇਹਨੂੰ ਇੱਥੇ ਲਾ ਦੀ ਬਾਈ, ਅੱਗੇ ਚੜਾਈ ਜਾਏ ਸਿੱਧਾ ਲੈ ਜੂਗਾ ਅੱਗੇ, ਐਵੇਂ ਯਾਰ ਕਿੱਥੇ ਟੱਕਰਾਂ ਮਾਰਦਾ ਫਿਰਦਾ, ਅਤੇ ਵਧੀਆ ਕੰਮ ਕਰਤਾ ਬੰਦੇ ਦਾ ਯਾਰ, ਕਹਿੰਦੇ ਆ ਥੱਲੇ ਲਾ ਦੀ ਆਪਾਂ ਨੂੰ ਵੀ ਬਾਈ, ਆਪਾਂ ਯਾਰ ਸੋਚਦੇ ਯਾਰ ਬਾਈ ਪੈਸੇ ਤਾਂ ਉਹਨੂੰ ਦੇਣੇ ਕਿਲੋ ਮਿਹਨਤ ਨਾ ਲੱਗੇ ਹੋਰ ਬਾਈ, ਪੈਸੇ ਖਰਾਬ ਨਾ ਜਾਏ ਬਾਈ। ਟਰਾਲੀ 'ਚ ਮਾਲ ਅੱਧੀ ਟਰਾਲੀ ਹੋ ਗਈ ਬਾਈ, ਅਤੇ ਆਈਸਰ ਵੀ ਬਹਿ ਗਿਆ ਮਾੜਾ ਜਿਹਾ ਆਪਣਾ, ਅਤੇ ਇਹਨੂੰ ਲੈ ਜੂਗਾ ਬਾਈ ਯਾਰ ਮੇਰਾ, ਜੇ ਨਹੀਂ ਨਿਕਲੀ ਤਾਂ ਫਿਰ ਰਹਿਣ ਦੇਗਾ ਇੱਥੇ ਇੱਕ ਟਰਾਲੀ ਨੂੰ, ਆਪਣਾ ਟਰੈਕਟਰ ਲਿਆਉਣਾ ਪਊਗਾ ਫਿਰ 855 ਉਹਦੇ ਨਾਲ ਕੱਢਣਾ ਪੈਣਾ ਫਿਰ,
ਅਤੇ ਬਾਈ ਫਿਰ ਕਰਦੇ ਹਾਂ ਵੀਡੀਓ ਦਾ ਐਂਡ, ਚੱਲਦੇ ਹਾਂ ਮਸ਼ੀਨ ਨੂੰ ਲੈ ਕੇ ਘਰ। ਅਤੇ ਕਟਰ ਆਪਣਾ ਬਾਈ ਯਾਰ ਆਪਾਂ ਫਿਰ ਉੱਧਰ ਨੂੰ ਨੱਠ ਪਏ, ਆਉਣ ਦਾ ਰਾਹ ਬਣ ਗਏ ਆਪਣੇ ਘਰ ਨੂੰ ਜਾਣ ਨੂੰ ਸੌਖਾ ਨਾ ਰਾਹ, ਸਿੱਧਾ ਹੀ ਰਾਹ ਆਪਣੇ ਘਰ ਨੂੰ। ਨਹੀਂ ਤਾਂ ਬਾਈ ਆਪਣਾ ਕਟਰ ਲਾ ਕੇ ਆਉਣਾ ਪੈਂਦਾ ਸੀ, ਚੱਕਰ ਇਹ ਸੀ ਬਾਈ ਸੜਕ ਪੈਂਦੀ ਸੀ ਮੇਨ ਇਸ ਕਰਕੇ। ਅਤੇ ਹੁਣ ਤਾਂ ਆਹ ਖੱਤਾ ਵੱਢਿਆ ਗਿਆ ਬਾਈ ਦਾ, ਅਤੇ ਆਹ ਰਾਹ ਸਿੱਧਾ ਹੀ ਆਪਣੇ ਘਰ ਦਾ ਹੀ ਹੈ। ਅਤੇ ਭੁੱਖ ਲੱਗ ਪਈ ਫਿਰ ਤੋਂ, ਅਤੇ ਚੱਲਦੇ ਹਾਂ ਘਰ ਨੂੰ, ਡੰਗਰਾਂ ਦਾ ਘਾਹ ਪੱਠਾ ਕਰਨੇ ਹੈ। ਫਿਰ ਰਾਤ ਨੂੰ ਜੇ ਕੋਈ ਤਾਂ ਆਉਂਦਾ ਬਾਈ ਓਡਰ, ਫਿਰ ਰਾਤ ਨੂੰ ਲਾਉਣਾ ਪੈਣਾ ਸੀਜ਼ਨ, ਅਤੇ ਆਪਣਾ ਵੀ ਘਰ ਦੇਖਣਾ ਚਾਹੀਦਾ ਮਾੜਾ ਮੋਟਾ ਬਾਈ। ਆ ਖੱਤਾ ਵਾਹਿਆ ਤਾਂ ਨਹੀਂ, ਨਹੀਂ ਵਾਹਿਆ ਨਹੀਂ ਹੈ। ਅਤੇ ਬਾਈ ਵਾਹਣ ਵਾਲਾ ਹੀ ਹੈ ਮੈਨੂੰ ਲੱਗਦਾ, ਕੱਲ੍ਹ ਪਰਸੋਂ ਤੱਕ ਆਪਣਾ ਰਾਹ ਵੀ ਬੰਦ ਹੋ ਜਾਊਗਾ ਇੱਧਰੋਂ। ਮਸ਼ੀਨ ਨੂੰ ਘਰ ਹੀ ਲੈ ਚੱਲਣੇ ਯਾਰ, ਚੋਰ ਬਹੁਤ ਘੁੰਮਦੇ ਬਾਈ ਇੱਥੇ, ਬਿਨਾਂ ਚਾਬੀ ਤੋਂ ਲੈ ਜੂਗੇ, ਪਤਾ ਨਹੀਂ ਲੱਗਣਾ ਸਾਨੂੰ ਐਡੀ ਦੂਰ ਯਾਰ। ਬਾਈ ਇਹਨੂੰ ਮਸ਼ੀਨ ਨੂੰ ਸੈੱਡ ਆਜੂਗੀ, ਮਸ਼ੀਨ ਇੱਧਰ ਯਾਰ ਹੈ ਨਾ, ਆਜੂਗੀ ਆਜੂ, ਪਰ ਨਹੀਂ ਆਉਣੀ ਬਾਈ, ਲੰਬਾਈ ਬਹੁਤ ਜ਼ਿਆਦਾ ਹੈ ਮਸ਼ੀਨ ਦੀ। ਅਤੇ ਠੀਕ ਆ ਬਾਈ, ਲਾਤਾ ਆਪਾਂ ਸੀਜ਼ਨ, ਅਤੇ ਦੇਖਦੇ ਹਾਂ ਜੇ ਕੱਲ੍ਹ ਨੂੰ ਕੋਈ ਹੋਰ ਆਉਂਦਾ ਸੀਜ਼ਨ ਤਾਂ ਚੱਲਾਂਗੇ। ਅਤੇ ਤੇਲ ਪਾਣੀ ਤਾਂ ਠੀਕ ਹੈ ਜੇ ਕੰਪੈਨ ਦਾ ਹੋਵੇ, ਰੇਜੂ ਵਰੇਜ ਵਧੀਆ ਦਿੰਦੀ, ਨਹੀਂ ਤਾਂ ਫਿਰ ਡਰੰਮੀ ਪਈ ਆਪਣੀ ਤੇਲ ਦੀ। ਅਤੇ ਗੱਡੀ ਬਾਈ, ਗੱਡੀ ਦੀ ਲੋੜ ਹੈ ਮੈਨੂੰ, ਗੱਡੀ ਚਾਹੀਦੀ ਹੁਣ ਗੱਡੀ। ਅਤੇ ਅਗਲੇ ਐਪੀਸੋਡ 'ਚ ਆਪਾਂ ਕਰਾਂਗੇ ਬਾਈ ਗੱਡੀ ਨੂੰ ਬਾਏ, ਕਾਰ ਕੂਰ ਲਵਾਂਗੇ ਕੋਈ ਵਧੀਆ ਜਿਹਾ ਟਰਾਲੇ ਵਾਲੀ। ਅਤੇ ਚੰਗਾ ਫਿਰ ਬਾਈ, ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਏਗੀ, ਅਤੇ ਸਬਸਕ੍ਰਾਈਬ ਲਾਈਕ ਜ਼ਰੂਰ ਕਰੇਗਾ। ਮਿਲਦੇ ਹਾਂ ਜਲਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ, ਤਦ ਜੈ ਹਿੰਦ ਬੰਦੇ ਮਾਤਰਮ।